ਤਾਂ ਕਰਕੇ ਖੂਹ ਫਿਰ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇੱਥੇ ਆਪਦੇ ਜਿਹੜੇ ਰੋਜ਼ਮਰਾ ਦੀ ਜਗ੍ਹਾ ਇਸਤੇਮਾਲ ਵਾਸਤੇ ਉਹ ਕਰ ਲਈ ਸੀ। ਹਾਂਜੀ ਤਕਰੀਬਨ 20 ਸਾਲ ਹੋ ਗਏ ਨੇ। ਹਾਂਜੀ ਜੀ ਇਹ ਸਿਰਫ ਦਿਖਾਉਣ ਦਾ ਇਹ ਮਕਸਦ ਸੀ ਵੀ ਇੱਥੇ ਸੀ ਉਹ ਖੂਹ ਜਿਹੜਾ ਤਾਬਾ ਸਿੰਘ ਦਾ ਸੀ। ਇਹ ਖੂਹ ਹੈ, ਅਸੀਂ ਖੂਹ ਦੇ ਉੱਤੇ ਖੜੇ ਹਾਂ। ਅਗਰ ਖੂਹ ਇੱਥੇ ਹੁੰਦਾ ਤੇ ਅਸੀਂ ਵਿੱਚ ਜਾ ਪੈਣਾ ਸੀ। ਵਾਹਵਾ ਸਾਲ ਹੀ ਪਹਿਲੋਂ ਬਣ ਗਿਆ ਸੀ ਇਹ ਮਹਿਲ, ਕਿੰਨਾ ਚਿਰ ਪਹਿਲੋਂ ਬਣ ਗਿਆ ਸੀ ਜਦੋਂ ਉੱਠ ਕੇ ਗਏ ਨੇ ਇਹ ਜਿਹੜੇ ਨਾ ਥੱਲੇ ਵਾਲੇ ਲੋਕ ਭੁੱਖੇ ਤਰੇ ਆਏ, ਜ਼ਮੀਨਾਂ ਉੱਜੜ ਗਈਆਂ, ਘਰ ਬਰਬਾਦ ਹੋ ਗਏ ਤੇ ਇੱਥੋਂ ਰੱਖ ਕੇ ਤੇ ਇੱਥੋਂ ਚੁੱਕਾ। ਅੱਛਾ ਇੱਥੇ ਦੀ ਖੂਹੀ ਸੀ ਤਾਂ ਬਸ। ਅੱਛਾ ਇੱਥੇ ਇੱਕ ਹੋਰ ਖੂਹੀ ਸੀ ਪਾਣੀ ਦੀ, ਪਾਣੀ ਵਾਲੀ, ਯਾਨੀ ਕਿ ਆ ਜਿੱਥੇ ਮੈਂ ਖੜਾ ਐਤਵਾਰ ਸੈਂਟਰ ਸੀ ਖੂਹੀ ਦਾ, ਯਾਨੀ ਕਿ ਸੈਂਟਰ ਸੀ ਖੂਹੀ ਦਾ। ਇੱਕ ਪੌਣੀ ਅੰਦਰ ਵਾਰ ਜਿਹੜੇ ਉਹ ਪਾਣੀ ਇਸਤੇਮਾਲ ਕਰਦੇ ਸੀ, ਇਧਰੋਂ ਆਮ ਲੋਕ ਕਰਦੇ ਸੀ ਆਮ ਲੋਕ, ਯਾਨੀ ਕਿ ਲੋ ਜੀ। अच्छा आ जगह जेड़ी ए भी खाली ए उत्ते लिखिया गुरमुखी दे विच लिखिया है ते 1944 उत्ते लिखिया ते 2001 लिखिया है। अगर तुहानू जूम करके असीं दिखाने आ ते मेरे वाले मोबाइल तो तस्वीर बना लै यार। हुण मैं तुहानू अंदरों दिखाना, ए आ मेन सेंटर, ए चुगाठां लगियां ने उसे टाइम दियां। ए हाई स्कूल हैगा सी, हाँ इत्थों नज़र आ रहा हाई स्कूल ਬਿਲਕੁਲ। ਉਹ ਵੀ ਤਾਬਾ ਸਿੰਘ ਨੇ ਹੀ ਗੌਰਮੈਂਟ ਨੂੰ ਦਿੱਤੀ ਸੀ ਉਸ ਵੇਲੇ, ਗੌਰਮੈਂਟ ਹਾਈ ਸਕੂਲ ਹੁਣ ਤੇ ਬਣ ਗਿਆ। ਅਸਲਾਮ ਅਲੈਕੁਮ, ਮੈਂ ਤੁਹਾਡਾ ਆਪਣਾ ਆਰ ਜੇ ਕਾਸਿਮ ਪਾਕਿਸਤਾਨੀ ਅਤੇ ਅੱਜ ਆਪਾਂ ਗੱਲ ਕਰਾਂਗੇ ਬੁੱਧ ਪਿੰਡ ਦੇ ਵਿੱਚ ਤਾਬਾ ਸਿੰਘ ਦੀ ਹਵੇਲੀ ਬਾਰੇ। ਇੱਕ ਤਾਬਾ ਸਿੰਘ ਦਾ ਖੂਹ ਸੀ ਅਤੇ ਮੁਹੰਮਦ ਰਫੀਕ ਆਪਣੇ ਨਾਲ ਗੱਲਬਾਤ ਅੱਜ ਕਰਨਗੇ ਅਤੇ ਉਹਨਾਂ ਦੀ ਇਹ ਇੱਕ ਦੁਕਾਨ ਵੀ ਹੈ ਛੋਟੀ ਜਿਹੀ, ਬੜੀ ਪਿਆਰੀ ਹੈ, ਉਹ ਵਿਰਸਾ ਪੁਰਾਣਾ ਸਾਂਭਿਆ ਹੋਇਆ ਬਜ਼ੁਰਗਾਂ ਨੇ ਅਤੇ ਆਪਾਂ ਗੱਲ ਵੀ ਕਰਾਂਗੇ, ਕੋਲ ਜਾ ਕੇ ਬਵਾਂਗੇ ਅਤੇ ਆ ਜਾਓ। ਬਿਲਕੁਲ ਜੀ, ਆਹ ਆਪਣਾ ਵਿਰਸਾ ਪੰਜਾਬ ਦਾ ਹਾਲੇ ਵੀ ਮੁਹੰਮਦ ਰਫੀਕ ਸਾਹਿਬ ਨੇ ਸਾਂਭਿਆ ਹੋਇਆ ਅਤੇ ਆਪਾਂ ਗੱਲਬਾਤ ਬਾਕੀ ਡਿਟੇਲ ਦੇ ਵਿੱਚ ਕਰਦੇ ਹਾਂ ਥੋੜ੍ਹੀ ਜਿਹੀ ਅਤੇ ਫਿਰ ਆਪਾਂ ਖੂਹ 'ਤੇ ਵੀ ਚੱਲਦੇ ਹਾਂ। ਸਲਾਮ ਅਲੈਕੁਮ ਜੀ ਬਜ਼ੁਰਗੋ, ਕੀ ਹਾਲ ਹੈ ਜੀ? ਅੱਲਾ ਦੀ ਖੈਰ, ਤਬੀਅਤ ਸੇ ਤਾਂ ਠੀਕ ਨੇ ਜੀ? ਅੱਲਾ ਦੀ ਖੈਰ। ਅੱਛਾ ਇਹ ਸਭ ਤੋਂ ਪਹਿਲਾਂ ਤਾਂ ਆਪਦਾ ਨਾਂ ਦੱਸ ਦਿਓ ਅਤੇ ਆਪਦੀ ਉਮਰ ਕਿੰਨੀ ਹੋ ਗਈ? ਮੇਰੀ ਉਮਰ ਹੈਗੀ ਹੈ 2.8 ਸਾਲ। 2.8 80 ਸਾਲ। ਮੇਰਾ ਨਾਂ ਹੈ ਮੁਹੰਮਦ ਰਫੀਕ ਵਲਦ ਸ਼ੇਰ ਮੁਹੰਮਦ, ਕੌਮ ਹੈਗੀ ਹੈ ਜੰਜੂਏ ਪੱਟੀ। ਠੀਕ ਹੋ ਗਿਆ। ਇਹ ਆਪਾਂ ਕਿਹੜੇ ਪਿੰਡ 'ਚ ਬੈਠੇ ਹਾਂ ਮੌਜੂਦਾ? ਹੁਣ ਤਾਬਾ ਸਿੰਘ ਖੂਹ ਦਾ ਬੁੱਤ ਦਾ ਰਕਬਾ, ਬੁੱਤ ਦਾ। ਇਹਦੇ ਲਾਗੇ ਤਾਗੇ ਕਿੰਨੇ ਪਿੰਡ ਲੱਗਦੇ ਆ? ਬਗਿਆੜ ਮਾਰ, ਕੱਚੀਆਂ ਲੈਣਾ, ਕੈਲੇ, ਬੁੱਤ, ਮਹਾਰਾਜ ਦੀ ਆ, ਵਸਣ ਸਿੰਘ ਦਾ ਕੋਟ। ਉਹ ਜਿਹੜਾ ਆਰਮੀ ਦਾ ਪਿੰਡ ਲੱਗਦਾ ਉਹਦਾ ਕੀ ਨਾਂ ਹੈ? ਉਹ ਉਹਨੂੰ ਕਿਉਂ ਕਹਿੰਦੇ ਨੇ? ਉਹ ਬੁੱਤ ਹੈ, ਬੁੱਤ ਪਿੰਡ ਹੈ। ਹਾਂਜੀ, ਉਹਨੂੰ ਆਰਮੀ ਕਿਉਂ ਕਹਿੰਦੇ ਨੇ? ਉਹ ਫੌਜ ਬੈਠੀ ਨਾਲ। ਅੱਛਾ, ਫੌਜ ਬੈਠੀ ਹੈ, ਠੀਕ ਹੋ ਗਿਆ। ਅਤੇ ਹੁਣ ਆਪਾਂ ਗੱਲ ਕਰਾਂਗੇ ਬਜ਼ੁਰਗਾਂ ਨਾਲ, ਕਿਉਂਕਿ 78 ਸਾਲ ਉਮਰ ਹੋ ਗਈ ਹੈ ਬਜ਼ੁਰਗੋ। ਜਦੋਂ ਵੰਡ ਪਈ ਸੀ ਪੰਜਾਬ ਦੀ, ਟੁੱਟ ਗਿਆ ਪੰਜਾਬ, ਉਦੋਂ ਤੁਹਾਡੀ ਉਮਰ ਤਕਰੀਬਨ 8-9 ਸਾਲ 10 ਸਾਲ ਸੀ। ਅਤੇ ਕੋਈ ਥੋੜ੍ਹੀ ਜਿਹੀ ਯਾਦਾਸ਼ਤ ਹੈਗੀ ਉਦੋਂ ਦੀ ਵੀ? ਕੋਈ ਬੇਲੀ ਸੱਜਣ ਹੈਗਾ ਸੀ ਤੁਹਾਡਾ ਜਾਂ ਕਿਸੇ ਬਜ਼ੁਰਗ ਨੂੰ ਵੇਖਿਆ ਹੋਵੇ ਉਦੋਂ? ਬਜ਼ੁਰਗ ਵੀ ਵੇਖਿਆ ਹੈ ਅਤੇ ਔਰ ਪਿੰਡ ਵੀ ਵੇਖਿਆ ਹੈ, ਜਿੱਥੇ ਜੰਮਿਆ ਪਲਿਆ ਮੈਂ ਉਹ ਪਿੰਡ ਦਾ ਵੀ ਪਤਾ ਹੈ ਅਤੇ ਉਹਨਾਂ ਬੰਦਿਆਂ ਦਾ ਨਾਂ ਦਾ ਵੀ ਪਤਾ ਹੈ। ਉਹਨਾਂ ਦਾ ਨਾਂ ਕੀ ਕੀ ਸੀ? ਉਹਦੇ ਇੱਕ ਦਿਨ ਸ਼ੇਰ ਮੁਹੰਮਦ ਸੀ, ਉਹ ਕੌਮ ਦਾ ਰਾਈ ਸੀ। ਠੀਕ ਹੋ ਗਿਆ। ਉਹ ਸੱਜੇ ਵਾਲਾ ਖੂਹ ਹੈ ਤਲਾਅ ਤੋਂ ਪਰਲੇ ਪਾਸੇ। ਅੱਛਾ, ਉਸ ਸਾਈਡ 'ਤੇ? ਹਾਂਜੀ, ਉਹ ਰਾਵਿੰਡ ਰੋਡ ਤੋਂ ਪਰਲੇ ਪਾਸੇ। ਠੀਕ ਹੋ ਗਿਆ। ਹਾਂਜੀ, ਪਿੰਡ ਮੇਰਾ ਪਿਛਲਾ ਪੁੱਛੋ ਕੀ ਹੈ ਪਾਰ ਪੁੱਛੋ ਕੀ ਉੱਧਰ, ਹੁਣ ਤਾਂ ਜ਼ਿਲ੍ਹਾ ਲਾਹੌਰ ਲੱਗ ਗਿਆ। ਇੱਕ ਗੱਲ ਹੋਰ ਦੱਸਦਾ ਚੱਲਾਂ, ਇਹਨੂੰ ਵੀ ਜ਼ਿਲ੍ਹਾ ਲਾਹੌਰ ਹੀ ਲੱਗਦਾ ਸੀ ਵੰਡ ਤੋਂ ਪਹਿਲਾਂ ਅਤੇ 1970 ਤੱਕ ਤਕਰੀਬਨ। ਹਾਂਜੀ, ਹੁਣ ਇਹ ਲੱਗ ਗਿਆ ਕਸੂਰ, ਹੁਣ ਕਸੂਰ ਲੱਗ ਗਿਆ ਅਤੇ ਤਹਿਸੀਲ ਕੋਟਰਾ ਦਾ ਕਿਸ਼ਨ ਲੱਗ ਗਿਆ। ਹਾਂਜੀ। ਅੱਛਾ ਬਜ਼ੁਰਗੋ, ਤਾਬਾ ਸਿੰਘ ਬਾਰੇ ਕੀ ਜਾਣਦੇ ਹੋ ਤੁਸੀਂ? ਤਾਬਾ ਸਿੰਘ ਦੇ ਬਾਰੇ ਇਹ ਵੇ ਵੀ ਉਹ ਬੰਦਾ ਜਿਹੜਾ ਸੀ ਨਾ, ਉਹਦੀ ਆਹ ਸਾਰੀ ਜ਼ਮੀਨ ਉਸੇ ਦੀ ਸੀ, ਇਹ ਤੋਂ ਚਿਕਨ ਬਗਾੜ ਮਾਰ ਚਿਕਨ ਜਿੱਥੇ ਆਪਾਂ ਬੈਠੇ ਹਾਂ ਤੁਸੀਂ ਬੈਠੇ ਹਾਂ। ਠੀਕ ਹੋ ਗਿਆ। ਹਾਂਜੀ, ਇਹਦੀਆਂ ਕਿੰਨੀਆਂ ਲੈਣਾ ਨੇ? 1, 2, 3 ਅਤੇ
चार पांच पांच अगली छी सतवीं चौदह खूह सी आहा सत लैणा सी ताबा सिंह दियां एडा लैंडलॉर्ड बंदा सी बंदा सी। अच्छा इधर इंदा भरा इक ओदा नाम मैनूं भुल गया ओ हैगा सी परले पासे तोड़ बगाड़ मार पहली सारी आ जी ना आ हाँ जी हाँ सारी उनके भरा दी है उनकी आल आलाद आ सारी इतने बैठी इतने बैठे उन्होंने को भी आप चलेंगे तो बुजुर्ग दूसरी गल यह कि अज बुजुर्गों को आप बैठे हाँ तो पूरी डिटेल तुम्हें दसांगे आप हर चीज़ की ज खूह भी चलेंगे तो आ जाओ आप हूँ खूह तो चलने चलो चंगा वीरो हूँ आप दसने जी ताबा सिंह की हवेली होंगी सी डंगर की उत्थे तो उस तो बाद खूह के निशानदेही तो उनकी खत्म हो गई तकरीबन लेकिन खूह वाली जगह जरूर दिखावे तुहानू तो बुजुर्ग अपने को बैठे ने मेरू बिरादरी तो भी ने अपना दूसरी बिरादरी तो भी ने तो आयो आप थोड़ी जी गुफ्तगू करने पहले तो आप नाम पूछा सलाम अलैकुम जी। वालेकुम। अच्छा मेरी बिरादरी ने तो मैं थोड़ी जी ना मेवाती दे विच गल करांगा कैसी तबीयत है जी? अल्लाह करम है जी। पहले तो मुल बता दियो जी अपना नाम। देन मोहम्मद जी। जैसे सिख इसु गया हा जी। आप अभी उसु ही आया जी। अपनो कौन सो गांव हो इंडिया में रहनो? जिला गुड़गांव। जिला गुड़गांव जी। अपनी पूरी फैमिली ही ना गई ही या हां जी मुकम्मल आ गया कुछ रह भी गया? कुछ रह गया जी। जी बिल्कुल ही जी जिमें सिख हजरात तो तकरीबन सारे इधरों चले गए लेकिन साड़ी जिहड़ी कौम सी उन दे विचों किसे दा भरा रह गया सी किसे दा प्यो रह गया यानी कि विछड़ गए सी लोग हुण राबते हो रहे ने ते आपां अगे भी गल करदे आं अंकल जी नाल। सलाम अलैकुम जी। आप कैसी तबीयत? वाल सलाम शुक्र है मौला को ठीक। आप भी अपना नाम बता दे। आपका छोटा भाई है ना? हाँ जी दीन मोहम्मद मेरा छोटा भाई है रहमत अली मेरा नाम है। ठीक हो। वाल साहब का नाम? वाल साहब नाम भागमल हो। भागमल हाँ ठीक हो। सलाम अलैकुम जी बुजुर्गों। वालेकुम सलाम। आपको नाम जी? करीम बख्श। करीम बख्श। अच्छो आप थोड़ा सा बताओ भी जो ताबा सिंह की हवेली हिंद रहवे ही डंगर डुंगरन की। हाँ जी। तो आपने देखी? देखी। कैसो हो निजाम? वो बहुत अच्छे निजाम। कोई ताबा सिंह के बारे में सुनी भी कोई बात? ना सुनी। हाँ जी आपने सुनी कोई बात? ताबा सिंह का बारे में सुने जी बहुत बड़ा जागीरदार और मालिक हो। पैंच हो पैंच सरपंच रहने जो। हाँ जी हाँ जी हाँ जी जाको चौबारा भी मौजूद है गांव में। जी बिल्कुल बुजुर्ग कह रहे ने भी चुबारा भी मौजूद है ते सरपंची जिहड़ी हुंदी आ उस वेले 47 दी वंड तो पहला सरपंच हुंदे सी इस बुद्ध पिंड दे ते आपां उधर भी जावांगे महल भी तुहानूं दिखाने आ। और कोई वाक बारे में बात चीज सुनी आपने जी? नहीं और तो सुनी लेकिन हमने याद ना गांव में हूँ चल रहा हूँ सारा कुछ डिटेल मिल जाएगी। ठीक होगा। ये जहाँ आप मौजूदा बैठा है हीन वाके डंगरन की हवेली जी हीन खूह हवा को इत्थे जी खूह हुंदा सी ते डंगरां दी माल मवेशियां दी हवेली हुंदी सी ते बड़ा प्यारा निजाम हुंदा सी वंडी ने तो सारा धर्म भरम करता मेवां नूं वी उजाड़ के रखता ते सिखां नूं वी उजाड़ के रखता ते बाकी आप चलते हैं उत्थे। आ यार आप हुण जा रहे हैं खूह वाली साइड से ते आप खूह तुहानूं दिखाने आ लेकिन वो हुण दस पई है कि खूह दा ते नामो निशान भी खत्म हो गया सिर्फ वीडियो बनाने का मकसद यह आ कि तुहानूं इन्ना कु दस दिए भी इस जगह पर खूह सी और निशानदेही तुहानूं दसनी है अगे तक आ गली जी बनी एक छोटी जी उस वेले तो बड़ा लम्मा चौड़ा साहब होना ए जी ए जी वह जगह जी जिथे खूह होता सी आप गल करते हैं मेरी बरादरी तो उन्हें मेरू बरादरी तो। सलाम अलैकुम जी। वालेकुम सलाम। की हाल है जी? सब तो पहले तो आपका नाम दस दियो। मोहम्मद असगर। मोहम्मद असगर। अच्छा किन्ने साल हो गए ने खूह खत्म हो गए? तकरीबन हो गए ने 20 साल यानी कि तुसी मेरी उम्र च हो गए हो। हाँ जी। या मेरे तो भी छोटे हो? बिल्कुल बिल्कुल इन 20 साल हो गए ने खत्म होने इतने की तुसी देखे आपकी अखा इतने ना पानी इस्तेमाल करते ना। हाँ जी
ਉਹ ਬਾਅਦ ਵਿੱਚ ਸਾਡੇ ਦਾਦੇ ਡਿੱਗ ਪਈ ਜਾਂਦੇ ਤੇ ਵਿੱਚ ਖੂਹ ਤੇ ਉਹ ਫਿਰ ਅਸੀਂ ਮਿੱਟੀ ਪਾ ਦਿੱਤੀ ਦਾਦੀ ਵਫਾਤ ਪਾ ਗਈ ਹਾਂ ਇਹਦੇ ਦੀ ਵਫਾਤ ਪਾਈ ਦਾਦੀ ਇਹਦੇ ਵਿੱਚ ਡਿੱਗ ਕੇ ਤੇ ਦਾਦੀ ਦੀਆਂ ਅੱਖਾਂ ਬੰਦ ਹੋ ਗਈਆਂ ਸੀ ਤਾਂ ਕਰਕੇ ਖੂਹ ਫਿਰ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇੱਥੇ ਆਪਦੇ ਜਿਹੜੇ ਰੋਜ਼ਮਰਾ ਦੀ ਜਗ੍ਹਾ ਇਸਤੇਮਾਲ ਵਾਸਤੇ ਉਹ ਕਰ ਲਈ ਸੀ ਹਾਂਜੀ ਤਕਰੀਬਨ 20 ਸਾਲ ਹੋ ਗਏ ਨੇ ਹਾਂਜੀ ਜੀ ਇਹ ਸਿਰਫ ਦਿਖਾਉਣ ਦਾ ਇਹ ਮਕਸਦ ਸੀ ਵੀ ਇੱਥੇ ਸੀ ਉਹ ਖੂਹ ਜਿਹੜਾ ਤਾਬਾ ਸਿੰਘ ਦਾ ਸੀ ਅਸੀਂ ਖੂਹ ਦੇ ਉੱਤੇ ਖੜੇ ਹਾਂ ਅਗਰ ਖੂਹ ਇੱਥੇ ਹੁੰਦਾ ਤਾਂ ਅਸੀਂ ਵਿੱਚ ਜਾ ਪੈਣਾ ਸੀ ਅਤੇ ਬਾਕੀ ਬਹੁਤ ਸ਼ੁਕਰੀਆ ਆਪਾਂ ਮਹਿਲ 'ਤੇ ਚੱਲਦੇ ਹਾਂ ਅੱਜ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਇਹ ਪਾਰਟ 1 ਮੈਂ ਅਪਲੋਡ ਕਰਤੀ ਆ ਅਤੇ ਲਿੰਕ ਤੁਹਾਨੂੰ ਪਾਰਟ 2 ਦਾ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਅੱਗੇ ਜਿਹੜੀ ਗੱਲਬਾਤ ਬਜ਼ੁਰਗਾਂ ਨੇ ਕੀਤੀ ਹੈ ਮਹਿਲ ਦੇ ਬਾਰੇ ਤਾਬਾ ਸਿੰਘ ਬਾਰੇ ਉਹ ਤੁਹਾਨੂੰ ਪਾਰਟ 2 ਦੇ ਵਿੱਚ ਮਿਲ ਜਾਏਗਾ ਬਹੁਤ ਜ਼ਿਆਦਾ ਸ਼ੁਕਰੀਆ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਗਈ ਸੀ ਤਾਂ ਕਰਕੇ ਮੈਂ 2 ਪਾਰਟਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਜੀ ਬਹੁਤ ਜ਼ਿਆਦਾ ਧੰਨਵਾਦ